ਪੰਜਾਬ ਸਰਕਾਰ ਵੱਲੋਂ ਵੱਧ ਰਹੀ ਗਰਮੀ ਦੇ ਚੱਲਦੇ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ। ਜਿੱਥੇ ਪਹਿਲਾਂ ਸਕੂਲ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲੱਗਦੇ ਸਨ, ਹੁਣ ਸਮੇਂ ਦੇ ਵਿੱਚ ਤਬਦੀਲੀ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਸਕੂਲ ਲਗਾਉਣ ਦਾ ਫੈਸਲਾ ਲਿਆ ਗਿਆ, ਕਿਉਂਕਿ ਵੱਧ ਰਹੀ ਗਰਮੀ ਦੇ ਚੱਲਦੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ। ਉੱਥੇ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ, ਜਿਸਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਵਧੀਆ ਫੈਸਲਾ ਲਿਆ ਗਿਆ, ਕਿਉਂਕਿ ਵੱਧਦੀ ਗਰਮੀ ਦੇ ਕਾਰਨ ਕਈ ਬੱਚੇ ਬਿਮਾਰ ਹੋ ਜਾਂਦੇ ਸਨ। ਇਸ ਕਰਕੇ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦਾ ਸਕੂਲ ਦਾ ਸਮਾਂ ਬਹੁਤ ਵਧੀਆ ਰੱਖਿਆ ਗਿਆ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਵੀ ਸਕੂਲਾਂ ਦੇ ਵਿੱਚ ਬੱਚਿਆਂ ਲਈ ਵੱਧਦੀ ਗਰਮੀ ਦੇ ਚੱਲਦੇ ਪੂਰੇ ਪ੍ਰਬੰਧ ਕੀਤੇ ਗਏ ਨੇ ਤੇ ਨਾਲ ਹੀ ਇੱਕ ਕਲਾਸ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਬੱਚੇ ਬਿਠਾਏ ਜਾਂਦੇ ਨੇ ਤੇ ਬੱਚਿਆਂ ਨੂੰ ਬਿਠਾਉਣ ਦੇ ਵਿੱਚ ਵੀ ਥੋੜਾ ਫਾਸਲਾ ਰੱਖਿਆ ਜਾਂਦਾ ਤੇ ਨਾਲ ਹੀ ਸਕੂਲਾਂ ਦੇ ਕਮਰਿਆਂ ਦੇ ਵਿੱਚ ਕੂਲਰ ਲਗਾਏ ਗਏ ਨੇ, ਬਿਜਲੀ ਚਲੇ ਜਾਣ ਤੇ ਜਨਰੇਟਰ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਠੰਡੇ ਪਾਣੀ ਦੀਆਂ ਮਸ਼ੀਨਾਂ ਵੀ ਲਗਾਈਆਂ ਗਈਆਂ ਨੇ ਤਾਂ ਜੋ ਗਰਮੀ ਦੇ ਵਿੱਚ ਬੱਚੇ ਠੰਡਾ ਪਾਣੀ ਪੀ ਸਕਣ। ਉੱਥੇ ਹੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਛੱਡਣ ਆਏ ਮਾਪਿਆਂ ਨੇ ਵੀ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਮੇਰਾ ਨਾਮ ਜਤਿੰਦਰ ਸਿੰਘ ਸਰ। ਕਿਹੜੀ ਕਲਾਸ ਦੇ ਬੱਚੇ ਪੜ੍ਹਦੇ ਜੀ? ਇੱਕ 6th ਜੀ ਪੜ੍ਹਦੀ ਜੀ ਅਤੇ ਇੱਕ 3rd ਜੀ। ਕਿੱਦਾਂ ਲੱਗਿਆ ਕਿ ਸਿੱਖਿਆ ਬੋਰਡ ਵੱਲੋਂ ਟਾਈਮ ਜਿਹੜੇ ਚੇਂਜ ਕੀਤੇ ਗਏ? ਨਹੀਂ ਸਰ, ਬਹੁਤ ਵਧੀਆ, ਕਿਉਂਕਿ ਬੱਚੇ ਗਰਮੀ ਬਹੁਤ ਵੱਧ ਰਹੀ ਹੈ ਅਤੇ ਬੱਚੇ ਟਾਈਮ ਸਿਰ ਘਰ ਪਹੁੰਚ ਜਾਂਦੇ ਨੇ ਉਸ ਟਾਈਮ। ਸਕੂਲ ਦੇ ਪ੍ਰਬੰਧ ਕਿੱਦਾਂ ਦੇ ਲੱਗ ਰਹੇ? ਸਰ ਬਹੁਤ ਵਧੀਆ ਨੇ, ਲੱਗਦਾ ਕਿ ਪਾਣੀ ਦੀ ਸੁਵਿਧਾ ਏ ਸੀ ਉਸੀ ਲੱਗੇ ਸਕੂਲ ਦੇ ਪੱਖੇ ਤੋਂ ਸਰ? ਚਲੋ ਅੱਗੇ ਨਾਲ ਤਾਂ ਬਹੁਤ ਵਧੀਆ ਨੇ, ਮੈਂ ਕਹਾਂਗਾ ਕਿ ਸਕੂਲ ਦੀ ਪੜ੍ਹਾਈ ਵੀ ਬਹੁਤ ਵਧੀਆ ਹੈਗੀ ਹੈ। ਹਾਂਜੀ, ਕਿ ਲੱਗਦਾ ਕਿ ਟਾਈਮ ਚੇਂਜ ਹੋਣਾ ਬਹੁਤ ਜ਼ਰੂਰੀ ਸੀ? ਹਾਂਜੀ ਸਰ, ਬਹੁਤ ਜ਼ਰੂਰੀ ਸੀ, ਕਿਉਂਕਿ ਗਰਮੀ ਬਹੁਤ ਵੱਧ ਰਹੀ ਹੈ। ਕੋਈ ਮੁਸ਼ਕਲ ਨਹੀਂ ਆ ਰਹੀ ਸਵੇਰੇ ਬੱਚਿਆਂ ਨੂੰ ਛੱਡਣ ਦੀ? ਨਹੀਂ ਨਹੀਂ, ਉਹ ਤਾਂ ਚਲੋ ਫਿਰ ਆਪਣੀ ਰੂਟੀਨ ਵੱਧ ਜਾਂਦੀ ਸਰ ਛੱਡਣ ਦੀ ਸਕੂਲੇ। ਹਰਭਾਲ ਸਿੰਘ, ਜੋ ਕਿ ਨਿਊ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਦਾ ਚੇਅਰਮੈਨ ਆ। ਸਰ, ਕੀ ਤਾਂ ਦੇਖ ਰਹੇ ਹੋ ਕਿ ਜਿਹੜਾ ਸਿੱਖਿਆ ਬੋਰਡ ਦੀ ਟਾਈਮਿੰਗ ਚੇਂਜ ਕੀਤੀ ਗਈ? ਪੰਜਾਬ ਸਿੱਖਿਆ ਬੋਰਡ ਵੱਲੋਂ ਜੋ ਟਾਈਮਿੰਗ ਚੇਂਜ, ਬਿਲਕੁਲ ਸਹੀ ਆ, ਕਿਉਂਕਿ ਗਰਮੀ ਬਹੁਤ ਪੈਂਦੀ ਆ। ਹੁਣ ਜੋ ਸਕੂਲ ਦਾ ਟਾਈਮ 7 ਤੋਂ 12 ਕੀਤਾ ਗਿਆ, 12:30 ਤੱਕ ਬੱਚਿਆਂ ਨੇ, ਇਹ ਬਹੁਤ ਵਧੀਆ ਟਾਈਮ ਆ। ਇਹਦੇ 'ਚ ਅਸੀਂ ਬੱਚਿਆਂ ਦੀ ਸਹੂਲਤਾਂ ਵਾਸਤੇ ਪਹਿਲਾਂ ਹੀ ਪਾਣੀ ਦਾ ਪ੍ਰਬੰਧ ਸੇਫ ਔਰ ਪੱਖਿਆਂ ਦਾ, ਬਿਜਲੀ ਦਾ ਪ੍ਰਬੰਧ, ਜਨਰੇਟਰ ਦਾ ਪ੍ਰਬੰਧ ਕੀਤਾ ਗਿਆ ਵਾ। ਅਸੀਂ ਬੱਚਿਆਂ ਦੇ ਵਿੱਚ 25 ਬੱਚੇ ਕਲਾਸ 'ਚ ਪਾਉਣੇ ਆ ਅਤੇ ਅਸੀਂ ਸਰਕਾਰ ਦਾ ਸਵਾਗਤ ਕਰਦੇ ਹਾਂ ਵੀ ਬੱਚਿਆਂ ਦਾ ਟਾਈਮ ਚੇਂਜ ਕੀਤਾ ਇਹਨਾਂ। ਕੋਈ ਹੋਰ ਕੋਈ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ? ਅਸੀਂ ਕਹਿੰਦੇ ਹਾਂ ਵੀ ਸਾਡੀ ਜਿਹੜੀ ਟਾਈਮ ਹੈ ਵਾ ਉਹ ਇਹਨਾਂ ਨੂੰ 10 ਜੂਨ ਤੋਂ 10 ਜੁਲਾਈ ਤੱਕ ਛੁੱਟੀ ਕਰ ਦੇਣਾ ਚਾਹੀਦਾ ਇਹਨਾਂ ਨੂੰ। ਕਿੰਨਾ ਟੈਂਪਰੇਚਰ ਵੱਧ ਗਿਆ ਜੀ? 43 ਦੇ। ਕਿੰਨੀ ਮੁਸ਼ਕਲ ਆਉਂਦੀ ਹੈ ਸਕੂਲ ਜਾਂਦੀ? ਕੋਈ ਮੁਸ਼ਕਲ ਕਿ ਲਾਈਟ ਦਾ ਕੱਟ ਵਗੈਰਾ ਲੱਗਦਾ ਪਿਆ? ਹਾਂ, ਨਹੀਂ ਕੋਈ ਗੱਲ ਨਹੀਂ, ਇਹ ਨਹੀਂ ਕੋਈ ਕਰਦਾ। ਸਰ, ਆਲਰੇਡੀ ਸਕੂਲ ਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀ ਸੀਗੀਆਂ, ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ ਟਾਈਮ ਜ਼ਰੂਰ ਚੇਂਜ ਹੋਇਆ ਹੈ ਬੱਚਿਆਂ ਦਾ, ਔਰ ਸਵੇਰੇ ਸਵੇਰੇ ਬੱਚਿਆਂ ਨੂੰ ਉੱਠਣਾ ਵੀ ਥੋੜ੍ਹਾ ਜਿਹਾ ਪੇਰੈਂਟਸ ਨੂੰ ਵੀ ਔਰ ਬੱਚਿਆਂ ਦੇ ਲਈ ਥੋੜ੍ਹਾ ਜਿਹੀ ਮੁਸ਼ਕਿਲ ਹੋਏਗੀ, ਲੇਕਿਨ ਗਰਮੀ ਬਹੁਤ ਜ਼ਿਆਦਾ ਆ ਔਰ ਬੱਚਿਆਂ ਦੀ ਸੇਫਟੀ ਦੇ ਲਈ ਇਹ ਟਾਈਮ ਜੋ ਚੇਂਜ ਕੀਤਾ ਗਿਆ ਬਹੁਤ ਵਧੀਆ ਹੈ। ਸਕੂਲ ਦੇ ਵਿੱਚ ਪੱਖੇ, ਏਸੀ, ਪਾਣੀ ਦੀ ਫੈਸਿਲਿਟੀ, ਠੰਡੇ ਪਾਣੀ ਦੀ ਫੈਸਿਲਿਟੀ, ਹਰ ਚੀਜ਼ ਹੈ, ਇਨਵਰਟਰ, ਜਨਰੇਟਰ, ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਕਿ ਜਿਹੜਾ ਮਤਲਬ ਸਾਡੇ ਸਕੂਲ ਦੇ ਵਿੱਚ ਨਹੀਂ ਹੈ। ਮੈਨੂੰ ਲੱਗਦਾ ਕਿ ਟੀਚਰ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ, ਸਕੂਲ ਦੀ ਜ਼ਿੰਮੇਵਾਰੀ ਵੱਧ ਜਾਂਦੀ ਬੱਚਿਆਂ ਨੂੰ, ਕਿਉਂ ਗਰਮੀ ਬਹੁਤ ਜ਼ਿਆਦਾ? ਬਿਲਕੁਲ ਸਰ, ਬਿਲਕੁਲ ਕਿਉਂਕਿ ਮੌਸਮ ਜਿਹੜਾ ਆ ਉਹ ਬਹੁਤ ਜ਼ਿਆਦਾ ਗਰਮੀ ਦੇ ਹੋਣ ਕਰਕੇ ਬੱਚਿਆਂ ਨੂੰ ਵੀ ਪ੍ਰੋਬਲਮ ਆਉਂਦੀ ਹੈ, ਔਰ ਲਾਈਟ ਜਦੋਂ ਚਲੀ ਜਾਂਦੀ ਹੈ ਤਾਂ ਫਿਰ ਜਨਰੇਟਰ, ਚਲੋ ਸਾਡੇ ਕੋਲ ਤਾਂ ਜਨਰੇਟਰ ਵੀ ਹੈ, ਇਨਵਰਟਰ ਵੀ ਹੈ, ਅਤੇ ਜਿਹਦੇ ਨਾਲ ਸਾਨੂੰ ਪ੍ਰੋਬਲਮ ਨਹੀਂ ਆਉਂਦੀ। ਮੈਮ, ਇੱਕ ਸਕੂਲ ਜੀ ਕਲਾਸ ਦੀ ਗੱਲ ਕੀਤੀ ਹੈ, ਇੱਕ ਸਕੂਲ 'ਚ 20-30 ਕਲਾਸ ਦੇ ਬੱਚੇ ਹੁੰਦੇ, ਉਹ ਸਪੇਸ ਘਟਾਈ ਗਈ ਜੀ? ਹਾਂਜੀ ਸਰ।
ਉਹ ਬਿਲਕੁਲ ਘਟਾਈ ਗਈ ਹੈ ਔਰ ਡੈਕਸਿਸ ਦੀ ਜਿਹੜੀ ਡਿਸਟੈਂਸ ਆ ਉਹ ਥੋੜ੍ਹਾ ਜਿਹਾ ਵਧਾਇਆ ਗਿਆ ਆ ਜਿਹਦੇ ਕਰਕੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ। ਥੋੜ੍ਹੀ ਮੁਸ਼ਕਿਲ ਤਾਂ ਆਉਂਦੀ ਹੈ ਬੱਚਿਆਂ ਨੂੰ ਉੱਠਣ ਦੇ ਵਿੱਚ ਸਵੇਰੇ, ਪਰ ਚਲੋ ਵਧੀਆ ਸਰਕਾਰ ਦਾ ਉਪਰਾਲਾ ਕੀਤਾ ਗਿਆ ਅਤੇ ਬੱਚੇ ਟਾਈਮ ਸਿਰ ਸਕੂਲ ਚਲੇ ਜਾਣਗੇ, ਧੁੱਪ ਵਗੈਰਾ 'ਚੋਂ ਗਰਮੀ 'ਚੋਂ ਬਚਣਗੇ ਅਤੇ ਬੱਚੇ ਟਾਈਮ ਸਿਰ ਘਰ ਆ ਸਕਦੇ ਨੇ। ਸਕੂਲ ਦੇ ਬਹੁਤ ਅੱਛੇ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਮੇਰੇ ਬੱਚੇ ਪੜ੍ਹ ਰਹੇ ਨੇ, ਬਹੁਤ ਅੱਛੇ ਪ੍ਰਬੰਧ ਨੇ ਸਰ। ਏਸੀ ਹੈ, ਫਿਲਟਰ ਵਾਟਰ ਨੇ, ਇੱਥੇ ਫੈਸਿਲਿਟੀ ਹੈ ਇਹਨਾਂ ਦੀ, ਵੈਨਸ ਦੀ ਪ੍ਰੋਪਰ, ਅਗਰ ਲਾਈਟ ਜਾਂਦੀ ਹੈ ਪੂਰਾ ਜਨਰੇਟਰ ਟਾਈਮ ਟੂ ਟਾਈਮ ਚਲਾਉਂਦੇ ਨੇ, ਬਹੁਤ ਅੱਛੀਆਂ ਫੈਸਿਲਿਟੀਜ਼ ਨੇ, ਬੱਚੇ ਪੂਰੇ ਸੇਫ ਨੇ। ਗਰਮੀ ਕਰਕੇ ਬੱਚੇ ਸੇਫ ਹੈ ਕਿ? ਹਾਂਜੀ ਹਾਂਜੀ ਬਿਲਕੁਲ ਸੇਫ ਨੇ ਸਰ, ਕਲਾਸਿਸ 'ਚ ਏਸੀ ਲੱਗੇ ਹੋਏ ਨੇ, ਲਾਈਟ ਜਾਂਦੇ, ਜਨਰੇਟਰ 'ਤੇ ਵਰਕਿੰਗ ਪੂਰੀ ਹੈ। ਬਿਲਕੁਲ ਸਰ, ਮੈਂ ਤਾਂ ਸਿਰਫ ਇਸੇ ਦੀ ਸ਼ੋਰਟੀ ਦੇ ਸਕਦੀ ਹਾਂ ਕਿਉਂਕਿ ਮੇਰੇ ਬੱਚੇ ਇੱਥੇ ਆ ਰਹੇ ਆ, ਬਾਕੀ ਸਕੂਲਸ ਦੀ ਕੀ ਨੇ ਉਹਨਾਂ ਦੇ ਬਾਰੇ ਮੈਨੂੰ ਨਹੀਂ ਪਤਾ, ਪਰ ਇੱਥੇ ਬਹੁਤ ਅੱਛਾ ਜਿਹੜਾ ਸਾਰਾ ਸਿਸਟਮ, ਬਹੁਤ ਅੱਛਾ ਲੱਗਦਾ ਕਿ ਟਾਈਮਿੰਗ ਚੇਂਜ ਹੋਣਾ ਬਹੁਤ ਜ਼ਰੂਰੀ ਸੀ। ਜ਼ਰੂਰੀ ਵੀ ਸੀ ਕੁਛ, ਪਰ ਚਲੋ ਬੱਚਿਆਂ ਦੀ ਗਰਮੀ ਦੇ ਕਰਕੇ ਸੋਚਿਆ ਗਿਆ, ਠੀਕ ਹੈ ਟਾਈਮਿੰਗ। ਹੁਣ ਦੇਖੋ ਬੱਚੇ ਜਦੋਂ ਆਉਣਗੇ ਉਦੋਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਬੱਚੇ ਸਰਵਾਈਵ ਕਰਦੇ ਨੇ।